ਤਾਂ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕਿ ਕਿੱਡਾ ਭਿਆਨਕ ਹਾਦਸਾ ਹੋਇਆ ਹੈ। ਲੋਹੜੀ ਮੌਕੇ ਇਹ ਦਰਦਨਾਕ ਹਾਦਸਾ ਹੋਇਆ, ਦੇਖ ਸਕਦੇ ਹੋ ਕਿ ਕਿਵੇਂ ਤੇਜ਼ ਰਫ਼ਤਾਰ I-20 ਕਾਰ ਆ ਕੇ ਸਿੱਧਾ ਘਰ ਦੀ ਦੀਵਾਰ ਦੇ ਵਿੱਚ ਵੱਜਦੀ ਹੈ। ਜੇਕਰ ਇਹ ਘਰ ਦੀ ਦੀਵਾਰ 'ਚ ਨਾ ਵੱਜਦੀ ਤਾਂ ਇਹ ਰਿਕਸ਼ੇ ਵਾਲੇ ਦੇ ਵਿੱਚ ਵੱਜਣੀ ਸੀ ਅਤੇ ਰਿਕਸ਼ੇ ਵਾਲੇ ਦੀ ਇਸ ਹਾਦਸੇ ਦੇ ਵਿੱਚ ਜਾਨ ਵੀ ਜਾ ਸਕਦੀ ਸੀ। ਤਾਂ I-20 ਵਾਲੇ ਨੇ ਸਭ ਤੋਂ ਪਹਿਲੀ ਗਲਤੀ ਕਿ ਭੀੜੀ ਗਲੀ ਦੇ ਵਿੱਚ ਰਫ਼ਤਾਰ ਇੰਨੀ ਤੇਜ਼ ਰੱਖੀ। ਬਾਅਦ ਦੇ ਵਿੱਚ ਰਿਕਸ਼ੇ ਵਾਲਾ ਜਿਵੇਂ ਹੀ ਮੂਹਰੇ ਆਉਂਦਾ ਤਾਂ ਉਸਨੇ ਸਮਝਦਾਰੀ ਵੀ ਦਿਖਾਈ, ਸਿੱਧਾ ਲਿਜਾ ਕੇ ਗੱਡੀ ਘਰ ਦੇ ਵਿੱਚ ਮਾਰੀ। ਪਹਿਲਾਂ ਐਕਟਿਵਾ ਦੇ ਵਿੱਚ ਵੱਜਦੀ ਹੈ ਗੱਡੀ, ਜਿਸ ਤੋਂ ਬਾਅਦ ਘਰ ਦੇ ਵਿੱਚ ਵੱਜਦੀ ਹੈ। ਘਰ ਦਾ ਗੇਟ ਕੰਧ ਸਾਰਾ ਕੁਝ ਟੁੱਟ ਚੁੱਕਿਆ ਹੈ, ਗੱਡੀ ਦਾ ਬੁਰਾ ਹਾਲ ਹੋ ਗਿਆ ਹੈ। ਗੱਡੀ ਦੇ ਵਿੱਚ ਬੈਠੇ ਉਹ ਸ਼ਖਸ ਜ਼ਖਮੀ ਹੋ ਗਏ ਨੇ। ਦੱਸ ਦਈਏ ਕਿ ਗੱਡੀ 'ਚ ਬੈਠਾ ਸ਼ਖਸ ਆਪਣੇ ਰਿਸ਼ਤੇਦਾਰਾਂ ਦੇ ਕੋਲ ਲੋਹੜੀ ਮਨਾਉਣ ਆਇਆ ਸੀ, ਕਿਉਂਕਿ ਲੁਧਿਆਣੇ ਦੀ ਲੋਹੜੀ ਦੇ ਥਾਂ ਥਾਂ 'ਤੇ ਚਰਚੇ ਹੁੰਦੇ ਨੇ, ਤਾਂ ਕਰਕੇ ਨੌਜਵਾਨ ਸਪੈਸ਼ਲ ਖੰਨੇ ਤੋਂ ਲੁਧਿਆਣੇ ਲੋਹੜੀ ਮਨਾਉਣ ਆਪਣੇ ਰਿਸ਼ਤੇਦਾਰਾਂ ਦੇ ਘਰ ਆਉਂਦਾ ਹੈ। ਤਾਂ ਕਈ ਸਮਾਨ ਲੈਣ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਨੇ ਆਪਣੀ ਗੱਡੀ ਦੀ ਰਫ਼ਤਾਰ ਤੇਜ਼ ਕੀਤੀ, ਮੂਹਰੇ ਰਿਕਸ਼ੇ ਵਾਲਾ ਆ ਗਿਆ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲੁਧਿਆਣਾ ਦੇ ਨੀਲਾ ਝੰਡਾ ਗੁਰਦੁਆਰਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗੰਦੇ ਨਾਲੇ ਦੇ ਪੁਲੀ ਦੇ ਕੋਲ I-20 ਕਾਰ ਇੱਕ ਘਰ ਦੇ ਵਿੱਚ ਵੱਜਦੀ ਹੈ। ਜਾ ਕੇ ਦੇਖ ਸਕਦੇ ਹੋ ਚਾਲਕ ਅੰਦਰ ਬੈਠਾ ਹੁੰਦਾ ਇਸ ਕਾਰ ਦੇ, ਦੋ ਜਣੇ ਸਵਾਰ ਹੁੰਦੇ ਨੇ ਇਸ ਕਾਰ ਦੇ ਵਿੱਚ, ਦੋਨੇ ਜ਼ਖਮੀ ਹੋ ਜਾਂਦੇ ਨੇ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਹਨਾਂ ਜ਼ਖਮੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਸਾਰਾ ਜਿਹੜਾ ਇਹ ਘਟਨਾਕ੍ਰਮ ਹੈ ਇਹ CCTV ਦੇ ਵਿੱਚ ਕੈਦ ਹੋ ਗਿਆ ਹੈ, ਨੇੜੇ ਹੀ CCTV ਲੱਗਿਆ ਸੀ। ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ, ਅਤੇ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਖੰਨਾ ਦਾ ਰਹਿਣ ਵਾਲਾ ਹੈ, ਉਸਦਾ ਨਾਮ ਸ਼ੁਭਮ ਦੱਸਿਆ ਜਾ ਰਿਹਾ ਹੈ। ਲੋਹੜੀ ਮਨਾਉਣ ਦੇ ਲਈ ਰਿਸ਼ਤੇਦਾਰਾਂ ਦੇ ਘਰ ਲੁਧਿਆਣਾ ਆਇਆ ਸੀ, ਕੋਈ ਸਮਾਨ ਲੈਣ ਦੇ ਲਈ ਘਰ ਤੋਂ ਬਾਹਰ ਨਿਕਲਿਆ ਅਤੇ ਇਹ ਹਾਦਸਾ ਹੋ ਗਿਆ। ਦੇਖ ਸਕਦੇ ਹੋ ਇਸ ਹਾਦਸੇ ਦੇ ਵਿੱਚ ਇਹ ਰਿਕਸ਼ੇ ਵਾਲਾ ਬਾਲ ਬਾਲ ਬਚ ਗਿਆ ਹੈ। ਜੇਕਰ I-20 ਵਾਲਾ ਗੱਡੀ ਨਾ ਮੋੜਦਾ, ਸਟੇਅਰਿੰਗ ਨਾ ਘੁਮਾਉਂਦਾ ਤਾਂ ਅੱਜ ਇਸ ਰਿਕਸ਼ੇ ਵਾਲੇ ਦੇ ਨਾਲ ਲੋਹੜੀ ਮੌਕੇ ਵੱਡਾ ਹਾਦਸਾ ਹੋ ਜਾਣਾ ਸੀ। ਐਕਸੀਡੈਂਟ ਹੋਇਆ ਜੀ ਰਿਕਸ਼ੇ ਨਾਲ ਅਤੇ ਆਪਣੇ ਆਹ ਕਾਰ ਨਾਲ। ਅੱਛਾ, ਉਦੋਂ ਰਿਕਸ਼ਾ ਆ ਰਿਹਾ ਸੀਗੇ, ਇਹ ਰੋਮ ਸ਼ਹਿਰ ਸੀਗਾ। ਅੱਛਾ, ਰੋਮ ਸ਼ਹਿਰ ਤੋਂ ਮੈਂ ਸਿੱਧਾ ਘੁਮਾ ਕੇ ਰਿਕਸ਼ੇ ਦੇ ਵਿੱਚ ਮਾਰੀ, ਇੱਥੇ ਐਕਟਿਵਾ ਖੜੀ ਸੀ ਕਿਸੇ ਦੀ, ਉਹ ਵੀ ਤੋੜਤੀ। ਅੱਛਾ, ਵਿੱਚ ਵਜੋਂ ਠਾ ਆ ਇਹਨੇ ਆਪ ਪਾਰ ਪਾ। ਨਹੀਂ, ਰੋਂਗ ਸਾਈਡ ਕੌਣ ਸੀਗਾ? ਉਹ ਸੀ ਆਪ ਹੀ। ਕੌਣ? ਗੱਡੀ ਲੋਕ ਆਈ, ਗੱਡੀ ਵਾਲਾ ਸੀਗਾ ਰੋਂਗ ਸਾਈਡ। ਕਿੰਨੀ ਰਫ਼ਤਾਰ 'ਚ ਗੱਡੀ ਹੋਣੀ ਆ? ਲਗਭਗ ਕਿੰਨੀ ਰਫ਼ਤਾਰ 'ਚ ਹੋਣੀ ਆ? 80-90-100? 80 ਹੋਏਗੀ। ਕੀ ਮੁੰਡਾ ਕਿਹੜਾ, ਕਿੰਨੇ ਮੁੰਡੇ ਸੀ ਗੱਡੀ 'ਚ? ਇੱਕ ਲੜਕਾ ਸੀਗਾ, ਉਹਨੇ ਗਾਂਧੀ ਮੂਰ ਲਿਆ ਵਾਲੇ ਬਾਹਰ ਆ ਗਏ। ਅੱਛਾ ਅੱਛਾ, ਤਾਰਾਂ ਲੱਗੀਆਂ ਸੀਗੀਆਂ, ਤਾਰਾਂ ਉਹਨੇ ਦੋਨਾਂ ਵਾਲੋਂ ਕਿਤੇ ਦੇਖ ਲਈ। ਅੱਛਾ, ਨਹੀਂ ਮੁੰਡੇ ਕਿੰਨੇ ਸੀ? ਇੱਕ ਮੁੰਡਾ ਸੀਗਾ, ਲੜਕਾ ਸੀਗਾ, ਗੱਲ ਕਰ ਗੱਡੀ ਵਿੱਚ ਏਅਰ ਬੈਗ ਹੈਗਾ ਸੀਗਾ। ਕਿਹੜਾ ਕਿਹੜਾ ਇਲਾਕਾ ਪੈਂਦਾ ਇਹ? ਕਿਹੜਾ ਇਲਾਕਾ? ਨਾਲਾ ਰੋਡ, ਮੋਹਰ ਸਿੰਘ ਨਗਰ। ਕਿਹੜਾ? ਮੋਹਰ 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 ਸਿੰਘ ਨਗਰ, ਮੋਹਰ ਸਿੰਘ ਨਗਰ।